ਸਾਰਿਆਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ। ਅਸੀਂ ਆਏ ਹੋਏ ਹਾਂ ਡਲਹੌਜੀ ਜੀ। ਅੱਜ ਆਪਾਂ ਲੋਕਲ ਡਲਹੌਜੀ ਨੂੰ ਘੁੰਮਾਂਗੇ ਜੀ। ਇੱਥੇ ਦੇ ਜਿਹੜੇ ਲੋਕਲ ਫੇਮਸ ਜਗ੍ਹਾ ਨੇ, ਪਲੇਸ ਨੇ, ਆਪਾਂ ਉਹ ਵੀ ਦੇਖਾਂਗੇ ਜੀ ਅੱਜ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਚੰਗੀ ਲੱਗੂ ਲਾਈਕ ਕਰ ਦਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ। ਆਓ ਚੱਲਦੇ ਹਾਂ ਆਪਾਂ ਘੁੰਮਦੇ ਹਾਂ ਅੱਜ ਲੋਕਲ ਡਲਹੌਜੀ। ਅਸੀਂ ਹਾਂ ਜੀ ਹੁਣ ਬਨੀਖੇਤ। ਇਹ ਇੱਕ ਛੋਟਾ ਜਿਹਾ ਪਰ ਬਹੁਤ ਹੀ ਸੋਹਣਾ ਸ਼ਹਿਰ ਹੈ, ਜਿਹਦੀ ਦੂਰੀ ਡਲਹੌਜੀ ਤੋਂ ਲਗਭਗ 6 ਕਿਲੋਮੀਟਰ ਹੈ। ਇੱਥੋਂ ਹੀ ਆਪਾਂ ਡਲਹੌਜੀ ਦੀ ਸਫ਼ਰ, ਜਿਹੜਾ ਆਪਣਾ ਡਲਹੌਜੀ ਦਾ ਸਫ਼ਰ ਹੈ, ਸ਼ੁਰੂ ਕਰਾਂਗੇ। ਇੱਥੇ ਅਸੀਂ ਹੋਟਲ ਬੁੱਕ ਕੀਤਾ ਹੋਇਆ ਜਿਹੜਾ ਅਸੀਂ ਦੇਖ ਸਕਦੇ ਹਾਂ। ਆਓ ਚੱਲਦੇ ਹਾਂ ਅਤੇ ਬਣੇ ਰਹੋ ਸਾਡੇ ਨਾਲ ਪੂਰੇ ਡਲਹੌਜੀ ਦੇ ਇਸ ਸਫ਼ਰ ਉੱਤੇ। ਆਹ ਸਾਰਾ ਸਫ਼ਰ ਜੀ ਅਸੀਂ ਬੱਸ ਰਾਹੀਂ ਕਰ ਰਹੇ ਹਾਂ। ਬੱਸ ਅੱਡੇ ਜਾ ਕੇ ਉਸ ਤੋਂ ਬਾਅਦ ਬਾਕੀ ਤੁਰ ਕੇ ਆਪਾਂ ਡਲਹੌਜੀ ਸ਼ਹਿਰ ਨੂੰ ਲੋਕਲ ਘੁੰਮਾਂਗੇ ਜੀ ਆਪਾਂ। ਆਇਆ ਜੀ ਸਾਹਮਣੇ ਬੱਸ ਸਟੈਂਡ, ਧੁੰਦ ਪਈ ਹੋਈ ਆ ਪੂਰੀ। ਇਹ ਬੱਸ ਸਟੈਂਡ ਦੇ ਨਾਲ ਨਾਲ ਨਾ ਇਹ ਆਹ ਰਾਹ ਜਾਂਦਾ ਆ, ਇਹ ਰਾਹ ਉੱਪਰ ਨੂੰ ਚੜ੍ਹੇ ਹੋਣਾ ਤੁਸੀਂ, ਉੱਪਰ ਨੂੰ ਚੜ੍ਹ ਕੇ ਰਾਹ ਇਹ ਸਿੱਧਾ ਉੱਪਰ ਨੂੰ ਜਾਣਾ ਤੁਸੀਂ, ਯਾਨੀ ਗਾਂਧੀ ਚੌਂਕ, ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ, ਉਹ ਸਾਰੇ ਇਹਦੇ ਉੱਤੇ ਨੇ, ਬਿਲਕੁਲ ਨੇੜੇ ਨੇ ਜਾਣੀ ਇਹ, ਯਾਨੀ ਇੱਧਰ ਤੁਸੀਂ ਆਸਾਨੀ ਨਾਲ ਪਹੁੰਚ ਸਕਦੇ ਹੋ ਜੀ ਇਹਨਾਂ ਦੇ ਵਿੱਚ ਜੀ। ਅਸੀਂ ਵੀ ਇੱਧਰ ਨੂੰ ਚੱਲਦੇ ਹਾਂ, ਆਓ ਚੱਲੀਏ ਆਪਾਂ ਵੀ। ਹੁਣ ਆਪਾਂ ਜੀ ਬੱਸ ਸਟੈਂਡ ਤੋਂ ਉੱਪਰ ਆ ਗਏ, ਜਾ ਰਹੇ ਹਾਂ ਗਾਂਧੀ ਚੌਂਕ ਨੂੰ, ਅਤੇ ਕਾਫੀ ਧੁੰਦ ਪਈ ਆ। ਆਹ ਬੋਰਡ ਲੱਗਿਆ ਹੋਇਆ ਸੀ, ਆਹ ਦੋ ਰਸਤੇ ਨੇ, ਸੁਭਾਸ਼ ਚੌਂਕ ਇੱਧਰਲੀ ਸਾਈਡ, ਗਾਂਧੀ ਚੌਂਕ ਇੱਧਰਲੀ ਸਾਈਡ, ਚੱਲਦੇ ਹਾਂ ਜੀ। ਇਹ ਨਾ ਆਪਾਂ ਬਾਏ ਵਾਕਿੰਗ ਜਾ ਰਹੇ ਹਾਂ ਗਾਂਧੀ ਚੌਂਕ ਦੀ ਨੂੰ ਜੀ। ਧੁੰਦ ਦੇਖੋ ਪੂਰੀ ਪਈ ਹੋਈ ਆ ਅਤੇ ਮੀਂਹ ਪੈ ਰਿਹਾ ਆ ਨਾਲ ਦੀ ਨਾਲ। ਸਭ ਤੋਂ ਪਹਿਲਾਂ ਜੀ ਆਪਾਂ ਕਰਦੇ ਹਾਂ ਬ੍ਰੇਕਫਾਸਟ, ਉਸ ਤੋਂ ਬਾਅਦ ਘੁੰਮਦੇ ਹਾਂ ਜੀ ਗਾਂਧੀ ਚੌਂਕ ਜੀ। ਆਹ ਕੈਫੇ ਡਲਹੌਜੀ ਦੇ ਨਾਲ ਜੀ, ਆਲਰੇਡੀ ਤੁਸੀਂ ਮਾਰਕੀਟ ਦੇਖ ਰਹੇ ਹੋ, ਇਹ ਸਾਰੀ ਮਾਲ ਰੋਡ 'ਚ ਆਉਂਦੀ ਹੈ, ਕਾਫੀ ਵੱਡੀ ਮਾਰਕੀਟ ਬਣੀ ਹੋਈ ਹੈ, ਜੇਕਰ ਤੁਸੀਂ ਕੋਈ ਚੀਜ਼ ਖਰੀਦਣਾ ਚਾਹੋ ਤਾਂ ਖਰੀਦ ਸਕਦੇ ਹੋ ਮਾਲ ਰੋਡ ਤੋਂ। ਬ੍ਰੇਕਫਾਸਟ ਕਰਨ ਲਈ ਜੀ ਅਸੀਂ ਆਏ ਹਾਂ ਕੈਫੇ ਡਲਹੌਜੀ, ਚੱਲਦੇ ਹਾਂ ਅੰਦਰ ਨੂੰ। ਆਓ ਜੀ ਡੋਸਾ ਆਪਾਂ ਖਾ ਲਿਆ ਜੀ, ਹੁਣ ਆਪਾਂ ਖਾਂਦੇ ਹਾਂ ਗੋਭੀ ਵਾਲਾ ਪਰਾਂਠਾ ਨਾਲ ਦਹੀਂ ਅਚਾਰ ਅਤੇ ਹੌਟ ਕੌਫੀ ਜੀ। ਆ ਜਾਓ ਆਪਾਂ ਸਾਰੇ ਵੀ ਖਾਂਦੇ ਹਾਂ। ਹੁਣ ਆਪਾਂ ਪਹੁੰਚ ਚੁੱਕੇ ਹਾਂ ਗਾਂਧੀ ਚੌਂਕ, ਬਹੁਤ ਬਾਰਿਸ਼ ਹੋ ਰਹੀ ਹੈ ਇੱਥੇ। ਜੇਕਰ ਤੁਸੀਂ ਬਾਰਿਸ਼ 'ਚ ਉਲਝੇ ਹੋ ਤਾਂ ਤੁਸੀਂ ਸਾਹਮਣੇ ਉਹ ਸਿਟਿੰਗ ਏਰੀਆ ਬਣਿਆ ਹੋਇਆ, ਤੁਸੀਂ ਉੱਥੇ ਬੈਠ ਸਕਦੇ ਹੋ। ਅਤੇ ਇੱਧਰ ਕੈਫੇ ਡਲਹੌਜੀ ਦਾ ਬਣਿਆ ਹੋਇਆ, ਇੱਧਰ ਸ਼ੋਪਸ ਨੇ, ਜੇਕਰ ਤੁਸੀਂ ਖਾਣਾ ਚਾਹੋ ਕਿ ਚਾਹ ਪੀਣੀ ਚਾਹੋ ਤਾਂ ਇੱਥੋਂ ਪੀ ਸਕਦੇ ਹੋ ਜੀ। ਗਾਂਧੀ ਚੌਂਕ ਦੇ ਬੈਕ ਸਾਈਡ ਜੀ ਆਹ ਚਰਚ ਬਣੀ ਹੋਈ ਹੈ, ਬਹੁਤ ਸੋਹਣੀ ਚਰਚ ਬਣੀ ਹੈ, ਅੰਗਰੇਜ਼ਾਂ ਦੇ ਟਾਈਮ ਦੀ ਪੁਰਾਣੀ ਚਰਚ ਹੈ। ਅਤੇ ਚਰਚ ਦੇ ਨਾਲ ਆਹ ਵਾਲਾ ਰੋਡ ਜਾਂਦਾ ਹੈ ਖਜਿਆਰ ਨੂੰ, ਅਤੇ ਇਹ ਨੀਚੇ ਵਾਲਾ ਰੋਡ ਜਾਂਦਾ ਜੀ ਪੰਚਕੂਲਾ ਵਾਟਰਫਾਲ ਨੂੰ ਜੀ। ਕਾਫੀ ਰਸ਼ ਹੋ ਜਾਂਦਾ। ਹੁਣ ਅਸੀਂ ਆ ਗਏ ਸੁਭਾਸ਼ ਚੌਂਕ, ਕਿਹਾ ਜਾਂਦਾ ਕਿ ਰਵਿੰਦਰ ਨਾਥ ਟੈਗੋਰ ਅਤੇ ਸੁਭਾਸ਼ ਚੰਦਰ ਬੋਸ ਜੀ ਆਪਣੇ ਆਉਂਦੇ ਦੇ ਸਮੇਂ ਦੇ ਵਿੱਚ ਡਲਹੌਜੀ ਦੇ ਵਿੱਚ ਰੁਕੇ ਸੀ, ਇਸ ਲਈ ਸੁਭਾਸ਼ ਚੰਦਰ ਦੀ ਯਾਦ ਵਿੱਚ ਇਹ ਚੌਂਕ ਬਣਾਇਆ ਹੋਇਆ। ਇੱਕ ਸਾਈਡ ਦੇ ਵਿਊਜ਼, ਉੱਪਰ ਸਾਰੀ ਧੁੰਦ ਪਈ ਪਈ ਹੈ। ਆਹ ਸਾਹਮਣੇ ਚੌਂਕ ਬਣਿਆ ਹੋਇਆ, ਇੱਥੋਂ ਕਾਫੀ ਰਸ਼ ਰਹਿੰਦਾ।
इधर सामने काफी होटल बने हुए ने। इधर देखते अगर से फोटो क्लिक कराना चाहूं तो आई लव डलहौजी लिखा हुआ है। अपने देखो पंजाब च कितनी गर्मी पै रही है पर डलहौजी दे विच बच्चों ने हले भी कोटियां पाई हुई ने। इन्नी ठंड है जी इत्थे इन्नी। इधर कुछ स्टॉल्स लगे हुई हैं या शॉप्स ने जितों कुछ खाना चाहो तो खा सकते हो। बहुत मशहूर चौंक है डलहौजी का, फेमस चौंक है सुभाष चंद्र बोस जी चौंक। आज ही सुभाष चौंक दे विच चर्च बनी हुई है, इत्थे काफी रश रहिंदा है जिवें तुहानू पहले दस्सिया ही मैं। आ देखो जी सेंट फ्रांसिस चर्च, चलते हैं अंदर नूं देखते हैं चर्च नूं घूमते हैं। अच्छा बहुत पुरानी चर्च बनी हुई है, यह काफी पुरानी मन्या जांदा है कि अंग्रेजों के टाइम च उन्होंने बनाई सी अपने लिए। पर दी इमारत देखो इन्नी पुरानी है, अज भी बिल्डिंग उदां दी उदां ही बिल्डिंग खड़ी है। चर्च के उपर जाने जी पौड़ियां बनिया हुई ने, चलते हैं चर्च के उपर। आओ चलते हैं जी चर्च में देखते हैं अंदरों। साइन लिखा है कैथोलिक चर्च। आ रस्ता जी चर्च में जान लो। चलो जी चलते हैं अंदर ना चर्च दे अंदर पहुंच गए जी। ऊपर लक्कड़ का सारा फिनिशिंग की हुई है, बेंच लगे हुए हैं, आप पिक्चर्स लगी हुई हैं। चर्च आप विजिट कर ली जी, हूँ आप अगे होर जगह घूमेंगे डलहौजी दियाँ तो नाल दी नाल वीडियोज दिखावे, बने रहो साढ़े नाल। अज की वीडियो आप इतें ही करते हैं समाप्त जी। जो भी तुम कि बनी खेत आने हो तो यह कपाल बेकरस ने यह आप खेत बनाते ने अपने हथी बनाते हैं तो इन्हों तो जरूर लियो, इन्हों का साथ दौ बहुत वधिया बंदे ने, तो साडा भी बंदे ने बहुत साथ दिता है जी, इन्होंने को जरूर आयो जी।
जे साडी वीडियो चंगी लगती है तो कमेंट में जरूर दस्यो, लाइक एंड शेयर भी चैनल में जरूर करो। वाहेगुरु जी का खालसा, वाहेगुरु जी की फतह।